ਬੰਦਿਆਂ ਨੂੰ ਅਣਦਾ ਮਾਣ ਸਤਿਕਾਰ ਦੇਣ ਦਾ ਯਤਨ ਕਰਾਂਗੇ। ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਪਰਮ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਕਿਸਾਨ ਬਜ਼ੁਰਗ ਮੇਰੇ ਨੌਜਵਾਨ ਮੇਰੀਆਂ ਸਤਿਕਾਰਯੋਗ ਭੈਣਾਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਉਹਨਾਂ ਨੂੰ ਯਾਦ ਕਰਨ ਦੇ ਲਈ ਇਕੱਠੇ ਹੋਏ ਹੈ ਤਾਂ ਫਿਰ ਇੱਕ ਗੱਲ ਬਹੁਤ ਜ਼ਰੂਰੀ ਬਣ ਜਾਂਦੀ ਹੈ ਕਿ ਉਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਉਹਨਾਂ ਦਾ ਕਹਿਣਾ ਕੀ ਸੀ, ਉਹਨਾਂ ਦਾ ਸੰਦੇਸ਼ ਕੀ ਸੀ, ਉਹ ਲੜੇ ਕਿਸ ਗੱਲ ਦੇ ਲਈ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਕਿਸ ਗੱਲ ਦੇ ਲਈ। ਸਾਨੂੰ ਗੈਟ ਦੇ ਮੈਂਬਰ ਨਹੀਂ ਬਣਨਾ ਚਾਹੀਦਾ। ਉਸ ਵੇਲੇ ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਆ ਭਾਰਤ ਸਰਕਾਰ ਨੂੰ ਕਿ ਇਹਨੂੰ SP ਸ਼ੁਕਲਾ ਨੂੰ ਹਟਾਇਆ ਜਾਵੇ ਔਰ ਇਹਦੀ ਥਾਂ ਤੇ ਅਨਵਰ ਉਲ ਹੁੱਡਾ ਨੂੰ ਲਾਇਆ ਜਾਵੇ। ਤਾਂ ਬਿਲਕੁਲ ਉਵੇਂ ਜਿਵੇਂ ਭਾਰਤ ਵੱਲੋਂ ਸਾਡੀ ਸਰਕਾਰ ਵੱਲੋਂ SP ਸ਼ੁਕਲਾ ਨੂੰ ਹਟਾਇਆ ਜਾਂਦਾ ਹੈ ਔਰ ਅਨਵਰ ਉਲ ਹੁੱਡਾ ਨੂੰ ਲਾਇਆ ਜਾਂਦਾ ਹੈ, ਇਹਦਾ ਮਤਲਬ ਮੇਰੇ ਦੋਸਤੋ ਸਮਝਣ ਦੀ ਲੋੜ ਹੈ ਕਿ ਗੈਟ ਦੇ ਉੱਤੇ ਸਾਈਨ ਭਾਰਤ ਨਹੀਂ ਕਰ ਰਿਹਾ ਸੀ ਔਰ ਉਸ ਹੁਕਮ ਦੇ ਤਹਿਤ ਵਰਲਡ ਬੈਂਕ ਦੇ ਹੁਕਮਾਂ ਦੇ ਤਹਿਤ ਉਹ ਚਿੱਠੀ ਦੇ ਦਬਾਅ ਥੱਲੇ ਆ ਕੇ ਉਸ ਆਦਮੀ ਨੂੰ ਹਟਾਇਆ ਗਿਆ ਜੋ ਇਹਨਾਂ ਸਾਈਨਾਂ ਦਾ ਵਿਰੋਧੀ ਸੀ ਔਰ ਉਸ ਵਿਅਕਤੀ ਨੂੰ ਲਾਇਆ ਗਿਆ ਜੋ ਅਮਰੀਕਾ ਦੀਆਂ ਪਾਲਿਸੀਆਂ ਭਾਰਤ ਦੇ ਵਿੱਚ ਲਾਗੂ ਕਰ ਰਿਹਾ ਸੀ। ਤਾਂ ਮੇਰੇ ਸੱਜਣੋ, ਇਹਦਾ ਮਤਲਬ ਕਿ ਜਿਹੜੀ ਲੜਾਈ ਹੈ, ਭਗਤ ਸਿੰਘ ਦਾ ਕਹਿਣਾ ਸੱਚ ਹੈ ਕਿ ਹਜੇ ਉਹਨਾਂ ਦੀ ਨੀਤੀ ਉਹ ਪਾਲਿਸੀ ਹਜੇ ਸਾਡੇ ਦੇਸ਼ ਦੇ ਉੱਤੇ ਲਾਗੂ ਹੈ। ਸਾਡਾ ਰਾਜ ਕਰਨ ਵਾਲਾ ਵਿਅਕਤੀ ਭਾਈਓ, ਇੱਕ ਦੋ ਛੋਟੀ ਛੋਟੀ ਬਾਤੇ ਹੋਰ ਕਹੂੰਗਾ। ਅਸੀਂ ਧੰਨਵਾਦੀ ਹਾਂ ਪੰਜਾਬੀ ਸੰਗੀਤ ਜਗਤ ਦੀਆਂ ਮਾਣ ਮੱਤੀਆਂ ਸ਼ਖਸੀਅਤਾਂ ਬੱਬੂ ਮਾਨ ਜੀ, ਸਿੱਪੀ ਗਿੱਲ, ਹੈਪੀ ਰਾਏ ਕੋਟੀ, ਸਾਡਾ ਵੀਰ ਅਮਤੋਜ ਮਾਨ ਤੇ ਇਸ ਅੰਦੋਲਨ 'ਚ ਪਹਿਲੇ ਦਿਨ ਤੋਂ ਲਗਾਤਾਰ ਸਾਡਾ ਨਟ ਕੇ ਸਾਥ ਦੇ ਰਿਹਾ ਜਸ ਬਾਜਵਾ, ਸਾਡੀ ਭੈਣ ਸੋਨੀਆ ਮਾਨ, ਉਹ ਸਾਰੇ ਹੀ ਇਸ ਮੰਚ 'ਤੇ ਸ਼ੋਭਤ ਨੇ। ਸਮੁੱਚੀ ਸੰਗੀਤ ਜਗਤ ਦਾ, ਸਮੁੱਚੀ ਇੰਡਸਟਰੀ ਦਾ, ਕਿਸਾਨ ਜਥੇਬੰਦੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਕਿ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦੇ ਨਾਲ। ਫਰੈਂਡਸ, ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮਾਈ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ।